ਆਪਣੀਆਂ ਤਿੱਖੀਆਂ ਤਕਰੀਰਾਂ ਨਾਲ ਮੌਜੂਦਾ ਪਾਰਲੀਮੈਂਟ ਇਜਲਾਸ ਦੌਰਾਨ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਵੱਖੀਆਂ ਉਧੇੜਨ ਵਾਲੀ ਟੀਐਮਸੀ ਸੰਸਦ ਮਹੁਆ ਮੋਇਤਰਾ ਇੱਕ ਵਾਰ ਫਿਰ ਪਾਰਲੀਮੈਂਟ ਵਿੱਚ ਗਰਜਦੀ ਨਜ਼ਰ ਆਈ ਅਤੇ ਇਸ ਵਾਰ ਉਹਨਾਂ ਦੇ ਨਿਸ਼ਾਨੇ 'ਤੇ ਯੂਪੀ ਐਕਟ ਵਿੱਚ ਸੋਧ ਦੇ ਬਿੱਲ ਸਮੇਤ ਕਈ ਅਹਿਮ ਮੁੱਦੇ ਰਹੇ ਨੇ। ਉਹਨਾਂ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਵਿੱਚ ਸੋਧ ਬਾਰੇ ਬਿੱਲ ਦਾ ਬੁੱਧਵਾਰ ਨੂੰ ਸਖ਼ਤ ਲਹਿਜੇ ਵਿੱਚ ਵਿਰੋਧ ਕੀਤਾ ਹੈ ਅਤੇ ਇਸ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਐਨਆਈਏ ਦੀਆਂ ਸ਼ਕਤੀਆਂ ਵਧਾਉਣ ਨੂੰ ਵੀ ਗਲਤ ਕਰਾਰ ਦਿੱਤਾ ਹੈ। ਉਹਨਾਂ ਨੇ ਪਾਰਲੀਮੈਂਟ ਵਿੱਚ ਕਿਹਾ ਕਿ ਯੂਪੀਏ ਦੇ ਬਿੱਲ ਵਿੱਚ ਸੋਧ ਨਾਲ ਜਿੱਥੇ ਕਿਸੇ ਨੂੰ ਵੀ ਨਿੱਜੀ ਤੌਰ 'ਤੇ ਅੱਤਵਾਦੀ ਐਲਾਨਿਆ ਜਾ ਸਕਦਾ ਹੈ, ਨਾਲ ਹੀ ਇਹ ਐਨਆਈਏ ਨੂੰ ਬਿਨਾਂ ਉਸ ਸੂਬੇ ਦੇ ਪੁਲਿਸ ਮੁਖੀ ਦੀ ਇਜਾਜ਼ਤ ਲੈ ਕਿਸੇ ਵੀ ਸਟੇਟ ਵਿੱਚ ਜਾ ਕੇ ਕਿਸੇ ਨੂੰ ਵੀ ਗ੍ਰਿਫਤਾਰ ਕਰਨ, ਜਾਇਦਾਦ ਕਬਜ਼ੇ ਵਿੱਚ ਲੈਣ ਅਤੇ ਤਲਾਸ਼ੀ ਲੈਣ ਦੀ ਖੁੱਲ੍ਹ ਦਿੰਦਾ ਹੈ, ਜੋ ਸੰਘੀ ਢਾਂਚੇ ਉੱਪਰ ਸਿੱਧਮ ਸਿੱਧਾ ਹਮਲਾ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਐਨਆਈਏ ਨੂੰ ਪੁਲਿਸਿੰਗ ਪਾਵਰ ਦੇ ਰਹੇ ਹੋ, ਜਦਕਿ ਸੀਬੀਆਈ ਸਟੇਟ ਪੁਲਿਸ ਨਾਲ ਮਿਲ ਕੇ ਕੰਮ ਕਰਦੀ ਹੈ। ਉਹਨਾਂ ਨੇ ਸਖ਼ਤ ਲਹਿਜੇ ਵਿੱਚ ਇਸ ਬਿੱਲ ਨੂੰ ਸੰਘੀ ਢਾਂਚੇ ਦਾ ਵਿਰੋਧੀ, ਸੰਵਿਧਾਨ ਵਿਰੋਧੀ ਅਤੇ ਲੋਕ ਵਿਰੋਧੀ ਕਰਾਰ ਦਿੱਤਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਮਨੁੱਖੀ ਹੱਕਾਂ ਲਈ ਲੜ ਰਹੇ ਕਾਰਕੁਨ, ਘੱਟ ਗਿਣਤੀਆਂ ਸਮੇਤ ਉਹ ਹਰ ਕੋਈ ਜੋ ਸਰਕਾਰ ਵੱਲੋਂ ਥੋਪੀ ਜਾ ਰਹੀ ਇੱਕ ਖਾਸ ਵਿਚਾਰਧਾਰਾ ਨਾਲ ਇਤਫਾਕ ਨਹੀਂ ਰੱਖਦੇ, ਉਹਨਾਂ ਖਿਲਾਫ਼ ਇਸ ਤਰ੍ਹਾਂ ਦੇ ਕਾਨੂੰਨਾਂ ਦੀ ਦੁਰਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਪੋਜੀਸ਼ਨ ਲੀਡਰਸ, ਰਾਈਟਸ ਐਕਟਿਵਿਸਟ, ਮਾਈਨੋਰਿਟੀਜ਼, ਐਨੀਵਨ ਹੂ ਡਸਨਟ ਅਗਰੀ ਵਿਦ ਦ ਹੋਮੋਜੀਨੀਅਸ ਆਈਡੀਆ ਆਫ ਇੰਡੀਆ ਦੈਟ ਦਿਸ ਗਵਰਨਮੈਂਟ ਇਜ਼ ਟ੍ਰਾਇੰਗ ਟੂ ਥ੍ਰਸਟ ਅਪੋਨ ਅਸ ਇਜ਼ ਐਟ ਰਿਸਕ। ਅਗਰ ਇਨਕੇ ਸਾਥ ਹੋ ਤੋ ਭਗਵਾਨ, ਨਾ ਹੋ ਤੋ ਸ਼ੈਤਾਨ, ਇਹ ਤੋ ਨਾਇਨਸਾਫੀ ਹੈ। In the short time that I have been privileged, to be here in this house, I have experienced it firsthand. Each time we oppose a bill, bring in a cut motion or move an amendment, and these are all purely hypothetical exercises given the brute majority this government enjoys, we run the risk of being labeled anti-national. When Dr. Tharoor opposed the introduction of the UAPA bill, no less a person than the Honorable Home Minister leaned forward and said, "Soch lijiye, virodh karna hai kya? Wapis lena hai?" Why are we in the opposition always at the risk of being called anti-national every time we disagree with this government on issues of national security, on issues of law and order, on national on issues of policing? Sarkar di niyat saaf nahi hai. Unhon ne keha ke sarkar balon is tarah de bill leon ja sodh jis te sanu itraj hai us khilaf awaz buland karan te virodhi tiran nu anti-nation gardar ditta janda hai. Troll army sanu dehshatgardan de hamayati dasdi hai. Anti-nation da khitab ditta janda hai. Moitra balon grah mantri Amit Shah ਵੱਲ ਇਸ਼ਾਰਾ ਕਰਦਿਆਂ ਕਿਹਾ ਗਿਆ ਕਿ ਉਹ ਸਰਦਾਰ ਵੱਲਭ ਭਾਈ ਪਟੇਲ ਦੀ ਕੁਰਸੀ ਤੇ ਬੈਠੇ ਹਨ। ਪਟੇਲ ਭਾਰਤ ਨੂੰ ਇਕਜੁੱਟ ਅਤੇ ਸੰਗਠਿਤ ਕਰਨ ਵਾਲੇ ਸਨ। ਇੱਕ ਵਾਰ ਉਹਨਾਂ ਨੇ ਕਿਹਾ ਸੀ ਕਿ ਇਹ ਹਰ ਨਾਗਰਿਕ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਇਹ ਮਹਿਸੂਸ ਹੋਵੇ ਕਿ ਇਹ ਦੇਸ਼ ਮੁਕਤ ਹੈ ਅਤੇ ਆਪਣੀ ਆਜ਼ਾਦੀ ਦੀ ਰੱਖਿਆ ਕਰਨੀ ਉਸਦਾ ਫਰਜ਼ ਹੈ। ਉਹਨਾਂ ਨੇ ਕਿਹਾ ਕਿ ਸਰਦਾਰ ਪਟੇਲ ਦੇ ਮਾਣ ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਬਣਾ ਦੇਣਾ ਹੀ ਕਾਫੀ ਨਹੀਂ, ਸਾਨੂੰ ਘੱਟੋ ਘੱਟ ਉਹਨਾਂ ਵਾਂਗ ਉੱਚੀ ਸੋਚ ਰੱਖਣੀ ਪਵੇਗੀ। ਹਾਲਾਂਕਿ ਬੁੱਧਵਾਰ ਨੂੰ ਕਾਂਗਰਸ ਅਤੇ ਟੀਐਮਸੀ ਵੱਲੋਂ ਬਿੱਲ ਵਿੱਚ ਇਸ ਸੋਧ ਦੇ ਵਿਰੋਧ ਵਿੱਚ ਬਾਈਕਾਟ ਕੀਤਾ ਗਿਆ, ਪਰ ਵੋਟਿੰਗ ਦੌਰਾਨ ਇਹ ਸੋਧ ਬਿੱਲ ਪਾਸ ਹੋ ਗਿਆ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ ਐਲ ਓ ਆਰਸ ਐਸ ਓ ਪੀ 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।